ਵੇਖਣ ਜਾਓਗੇ ਸਾਰੇ ਤੁਸੀਂ ਹਾਂ ਜੀ ਬਹੁਤ ਵਧੀਆ ਲੱਗਿਆ ਇਹ ਇਤਿਹਾਸ ਆ ਜੀ ਜਿਹੜਾ ਲੁਕਿਆ ਹੋਇਆ ਸੀਗਾ ਅੱਜ ਤੱਕ ਕਦੇ ਸ਼ੋਅ ਨਹੀਂ ਕੀਤਾ ਗਿਆ ਜਿਹੜਾ ਹਿੰਦੁਸਤਾਨ ਦਾ ਜਿਹੜਾ ਭਾਰਤ ਦੇਸ਼ ਦਾ ਜੋ ਇਤਿਹਾਸ ਆ ਤੇ ਹਿੰਦੁਸਤਾਨ ਦੀ ਪੱਤ ਕਿਹਨੇ ਰੱਖੀ ਆ ਫਿਰ ਬੱਚੇ ਇਸ ਮੂਵੀ ਦੇ ਮਤਲਬ ਇਹਨੂੰ ਦੇਖ ਕੇ ਨਾ ਉਹ ਸਿੱਖਾਂਗੇ ਜੋ ਅਸੀਂ ਨਹੀਂ ਦੱਸ ਪਾਉਂਦੇ ਸਾਡਾ ਇਤਿਹਾਸ ਸਾਡੇ ਸਿੱਖੀ ਕਿੰਨਾ ਸਵਰੂਪ ਜਿਹੜੇ ਸਾਡੇ ਗੁਰੂਆਂ ਨੇ ਬਲੀਦਾਨ ਦਿੱਤਾ ਮੈਂ 4 ਵਾਰੀ ਚੱਲਿਆ ਹੁੰਦਾ ਸੀ ਟ੍ਰੇਲਰ 4 ਵਾਰੀ ਮੈਂ ਅੱਖਾਂ ਨੇ ਚਪਕਾ ਪਾਇਆ ਇਹੋ ਜਿਹੇ ਸਿਨੇਮੇ ਦੀ ਲੋੜ ਸੀ ਸਾਡੇ ਪੰਜਾਬੀ ਸਿਨੇਮੇ ਨੂੰ ਤੇ ਬਹੁਤ ਟਾਈਮ ਬਾਅਦ ਆਇਆ ਸਾਡੇ ਸਿੱਖਾਂ ਦਾ ਤਾਂ ਇਤਿਹਾਸ ਹੀ ਇੰਨਾ ਤਗੜਾ ਜੇ ਇਹੋ ਜਿਹੇ ਇਤਿਹਾਸ 'ਚ ਮੂਵੀ ਬਣਨ ਲੱਗ ਗਈ ਤਾਂ ਸਾਡੀ ਪੀੜ੍ਹੀ ਜ਼ਰੂਰ ਐਜੂਕੇਟ ਹੋਏਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਡੇਲੀ ਪੋਸਟ ਪੰਜਾਬੀ ਅਤੇ ਮੈਂ ਜਸਵੀਤ ਕੌਰ ਸੋ ਮਸਤਾਨੇ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਇਆ ਪਹਿਲੀ ਵਾਰ ਇੱਦਾਂ ਪੰਜਾਬੀ ਹਿਸਟਰੀ ਦੇ ਵਿੱਚ ਹੋਇਆ ਕਿ ਕਿਸੇ ਟ੍ਰੇਲਰ ਦੀ ਰਿਲੀਜ਼ ਸਿਨੇਮਾ ਘਰਾਂ ਦੇ ਵਿੱਚ ਹੋ ਰਹੀ ਹੈ ਅਤੇ ਹੁਣ ਰਿਵਿਊਜ਼ ਜਾਣਦੇ ਕਿ ਪਬਲਿਕ ਦੇ ਰਿਵਿਊਜ਼ ਕੀ ਹੈ ਟ੍ਰੇਲਰ ਨੂੰ ਲੈ ਕੇ ਕਿਵੇਂ ਦਾ ਲੱਗਿਆ ਤੁਹਾਨੂੰ ਟ੍ਰੇਲਰ ਅੱਛਾ ਵਧੀਆ ਲੱਗਿਆ ਹਾਂ ਫਿਲਮ ਵੇਖਣ ਜਾਓਗੇ ਸਾਰੇ ਤੁਸੀਂ ਹਾਂਜੀ ਸਾਰੇ ਨਾਲ ਜਾਓਗੇ ਹਾਂਜੀ ਕੀ ਦੀ ਐਕਟਿੰਗ ਸਭ ਤੋਂ ਸੋਹਣੀ ਲੱਗੀ ਟ੍ਰੇਲਰ ਦੇ ਵਿੱਚ ਤੁਹਾਨੂੰ मैम कि लगे ट्रेलर मस्ताने का बहुत अच्छा मैम हिस्ट्री क्रिएट करेगा ਸੋ ਪਹਿਲੀ ਵਾਰ ਇੱਦਾਂ ਹੋਇਆ ਪੰਜਾਬੀ ਸਿਨੇਮਾ ਦੇ ਵਿੱਚ ਕੋਈ ਟ੍ਰੇਲਰ ਰਿਲੀਜ਼ ਹੋਇਆ ਸਿਨੇਮਾ ਘਰਾਂ ਦੇ ਵਿੱਚ ਤਾਂ ਉਹ ਜਦੋਂ ਸੁਣਿਆ ਸੀ ਤਾਂ ਕਿਵੇਂ ਦਾ ਲੱਗਾ ਸੀ ਐਕਸਟਰਾਆਰਡਨਰੀ ਜਸਟ ਅ ਡ੍ਰੀਮ ਸੋ ਹੁਣ ਕਿੰਨੀ ਕੁ ਐਕਸਪੈਕਟੇਸ਼ਨਸ ਹੈ ਫਿਲਮ ਤੋਂ ਰਿਐਲਿਟੀ ਦੱਸਾਂ ਮੇਰਾ ਐਜ਼ ਅ ਪ੍ਰੋਡਿਊਸਰ ਆ ਮੈਂ ਕਿਵੇਂ ਦਾ ਲੱਗਾ ਤੁਹਾਨੂੰ ਬਹੁਤ ਵਧੀਆ ਹਾਂਜੀ ਜੀ ਪਹਿਲੀ ਵਾਰ ਇੱਦਾਂ ਹੋ ਰਿਹਾ ਸਿੱਖ ਇਤਿਹਾਸ ਬਾਰੇ ਹੁਣ ਯੂਥ ਨੂੰ ਵੀ ਪਤਾ ਲੱਗੂਗਾ ਤਾਂ ਇਦਾਂ ਦੀ ਫਿਲਮਾਂ ਨੂੰ ਕਿੰਨਾ ਕੁ ਸਰਾਣਾ ਚਾਹੀਦਾ ਹੈ ਆਡੀਅੰਸ ਵੇਚੀ ਆ ਜੀ ਕਲਗੀਧਰ ਪਾਤਸ਼ਾਹ ਨੂੰ ਭੁੱਲਦੇ ਜਾਂਦੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਗੁਰੂ ਨਾਨਕ ਪਾਤਸ਼ਾਹ ਨੂੰ ਭੁੱਲਦੀ ਜਾ ਰਹੀ ਹੈ ਤਾਂ ਹੀ ਮਾਰ ਪੈ ਰਹੀ ਹੈ ਜੀ ਜਦੋਂ ਆਪਾਂ ਮਾਰ ਨਾਲ ਜੁੜ ਕੇ ਚੱਲਾਂਗੇ ਤਾਂ ਜੈ ਜੈਕਾਰ ਆ ਜੀ ਹਾਂ ਜੀ ਨਿਹੰਗ ਸਿੰਘਾਂ ਦੇ ਸਰੂਪ 'ਚ ਆਉਣਾ ਹੀ ਪੈਣਾ ਸ਼ਸਤਰਧਾਰੀ ਹੋਣਾ ਪੈਣਾ ਜਿਵੇਂ ਹੁਣ ਅੱਜ ਕੱਲ੍ਹ ਖਬਰਾਂ ਆਉਂਦੀਆਂ ਇਟਸ ਵੈਰੀ ਨਾਈਸ ਵੈਰੀ ਹਾਂਜੀ ਬਹੁਤ ਬਹੁਤ ਸੋਹਣਾ ਟ੍ਰੇਲਰ ਹੈ ਐਂਡ ਸਾਡੇ ਜਿਹੜਾ ਇਤਿਹਾਸ ਇਹ 'ਚ ਦਿਖਾਇਆ ਗਿਆ ਸ਼ਾਇਦ ਅੱਜ ਕੱਲ੍ਹ ਬੱਚੇ ਨਾ ਮਤਲਬ ਕਿ ਸਾਡੇ ਬੱਚਿਆਂ ਨੂੰ ਇਸ ਬਾਰੇ ਕੁਛ ਨਹੀਂ ਪਤਾ ਸੀ ਬਟ ਜਿਸ ਤਰ੍ਹਾਂ ਇੱਕ ਕਹਿੰਦੇ ਨਾ ਬੱਚੇ ਅੱਜ ਕੱਲ੍ਹ ਵਿਜੂਅਲ ਬਹੁਤ ਜਲਦੀ ਕੈਚ ਕਰਦੇ ਆ ਲਾਈਕ ਦੇ ਸੀ ਯੂਟਿਊਬ ਐਂਡ ਐਵਰੀਥਿੰਗ ਉਹ ਹੀ ਸਿੱਖਦੇ ਆ ਫਿਰ ਬੱਚੇ ਇਸ ਮੂਵੀ ਦੇ ਮਤਲਬ ਇਹਨੂੰ ਦੇਖ ਕੇ ਨਾ ਉਹ ਸਿੱਖਾਂਗੇ ਜੋ ਅਸੀਂ ਨਹੀਂ ਦੱਸ ਪਾਉਂਦੇ ਸਾਡਾ ਇਤਿਹਾਸ ਸਾਡੇ ਸਿੱਖੀ ਕਿੰਨਾ ਸਵਰੂਪ ਜਿਹੜੇ ਸਾਡੇ ਗੁਰੂਆਂ ਨੇ ਬਲੀਦਾਨ ਦਿੱਤਾ ਸਾਰਾ ਕੁਛ ਮਤਲਬ ਇਹ ਵੈਰੀ ਨਾਈਸ ਟ੍ਰੇਲਰ ਐਂਡ ਆਈ ਵਿਲ ਸ਼ੋਰਲੀ ਸੀ ਇਟ ਔਨ 25th ਅਗਸਟ ਬਹੁਤ ਸੋਹਣਾ ਲੱਗਿਆ ਜੀ ਕਨਸੈਪਟ ਜਿਹੜਾ ਡਿਫਰੈਂਟ ਆਇਆ ਹਿਸਟੋਰਿਕ ਸੋ ਕੀ ਲੱਗਦਾ ਹੈ ਕਿ ਫਿਲਮ ਕਿੱਦਾਂ ਦੀ ਹੋਊਗੀ ਫਿਲਮ ਦੇ ਕਨਸੈਪਟ ਤੋਂ ਲੱਗਦਾ ਹੈ ਕਿ ਡਿਫਰੈਂਟ ਹੋਊਗੀ ਜਿਹੜੀ ਅੱਜ ਕੱਲ੍ਹ ਜਿਵੇਂ ਦੀ ਕਮੇਡੀ ਚੱਲ ਰਹੀ ਆ ਕਿਉਂਕਿ ਲਗਾਤਾਰ ਸਾਰੀ ਇੱਕੋ ਹੀ ਤਰ੍ਹਾਂ ਦੀ ਚੱਲ ਰਹੀ ਹੈ ਨਾ ਅਤੇ ਇਹ ਤੋਂ ਲੱਗ ਰਿਹਾ ਵੀ ਡਿਫਰੈਂਟ ਹੈ ਕਾਫੀ ਡਿਫਰੈਂਟ ਹੈ ਔਰ ਇਹਦੀ ਜ਼ਰੂਰਤ ਵੀ ਹੈਗੀ ਆ ਕੀ ਲੱਗੀ ਸਰ ਜੀ ਮੈਂ ਮੇਰੇ ਕੋਲ ਸ਼ਬਦ ਹੈ ਨਹੀਂ ਮੈਂ 4 ਵਾਰੀ ਚੱਲਿਆ ਹੁੰਦਾ ਅੰਦਰ ਟ੍ਰੇਲਰ 4 ਵਾਰੀ ਮੈਂ ਅੱਖਾਂ ਨਹੀਂ ਚਪਕਾ ਪਾਇਆ ਇਹੋ ਜਿਹੇ ਸਿਨੇਮੇ ਦੀ ਲੋੜ ਸੀ ਸਾਡੇ ਪੰਜਾਬੀ ਸਿਨੇਮੇ ਨੂੰ ਅਤੇ ਬਹੁਤ ਟਾਈਮ ਬਾਅਦ ਆਇਆ ਅਤੇ ਬਹੁਤ ਸੋਹਣਾ ਕੰਮ ਕੀਤਾ ਸਾਰੀ ਟੀਮ ਨੇ ਆਰਟ ਵਰਕ ਕਹਿ ਲਓ ਆਰਟਿਸਟਾਂ ਦਾ ਕੰਮ ਕਹਿ ਲਓ ਮਤਲਬ ਮੈਂ ਤਾਂ ਹੈਰਾਨ ਹੋ ਗਿਆ ਜੀ ਦੇਖ ਕੇ ਵੀ ਪੰਜਾਬੀ ਸਿਨੇਮਾ ਇੰਨਾ ਗਰੋ ਕਰ ਰਿਹਾ ਸਾਰਿਆਂ ਨੂੰ ਪਰਿਵਾਰ ਦੇ ਨਾਲ ਆ ਫਿਲਮ ਜ਼ਰੂਰ ਦੇਖਣੀ ਚਾਹੀਦੀ ਬਹੁਤ ਸੋਹਣੀ ਫਿਲਮ ਹੈ ਕਿਉਂਕਿ ਹਿੰਦੀ ਸਿਨੇਮਾ 'ਚ ਨਾ ਲੋਕ ਇਤਿਹਾਸ ਨੇ ਮਤਲਬ ਉਹ ਸੋਚ ਕੇ ਬਣਾਉਂਦੇ ਨੇ ਸਾਡੇ ਸਿੱਖਾਂ ਦਾ ਤਾਂ ਇਤਿਹਾਸ ਹੀ ਇੰਨਾ ਤਗੜਾ ਜੇ ਇਹੋ ਜਿਹੇ ਇਤਿਹਾਸ 'ਚ ਮੂਵੀ ਬਣਨ ਲੱਗ ਗਈ ਤਾਂ ਸਾਡੀ ਪੀੜ੍ਹੀ ਜ਼ਰੂਰ ਐਜੂਕੇਟ ਹੋਏਗੀ ਮੈਂ ਮੰਨਦਾ ਸੋ ਕੀ ਲੱਗਦਾ ਕਿ ਆਫਟਰ ਟ੍ਰੇਲਰ ਹੁਣ ਫਿਲਮ ਤੋਂ ਕਿੰਨੀਆਂ ਕੁ ਉਮੀਦਾਂ ਹੋਣਗੀਆਂ ਲੋਕਾਂ ਨੂੰ ਕਿਉਂਕਿ ਜਿਨ੍ਹਾਂ ਤੋਂ ਵੀ ਸੁਣਿਆ ਨੇ ਕਹਿ ਰਹੇ ਕਿ ਨਹੀਂ ਗੂਜ਼ਬੰਪਸ ਹੋ ਰਿਹਾ ਟ੍ਰੇਲਰ ਵੇਖ ਕੇ ਜੀ ਜੇ ਇਹ ਤਾਂ ਜੀ ਸਭ ਨੂੰ ਪਤਾ ਵੀ ਜੇ ਟ੍ਰੇਲਰ ਹਿੱਟ ਤਾਂ ਪਿਕਚਰ ਹਿੱਟ ਔਰ ਇਹੋ ਜਿਹਾ ਟ੍ਰੇਲਰ ਜਦੋਂ ਦੇਖ ਲੈਣਗੇ ਨਾ ਲੋਕ ਇਮੋਸ਼ਨਲੀ ਟੱਚ ਹੋ ਜਾਣਗੇ ਅਤੇ ਮੈਂ ਤਾਂ ਆਪਣੇ ਪਰਿਵਾਰ ਨਾਲ ਜ਼ਰੂਰ ਆਊਂਗਾ ਦੇਖਣ ਅਤੇ ਮੈਂ ਆਪਣੇ ਦੋਸਤਾਂ ਨੂੰ ਵੀ ਜ਼ਰੂਰ ਰਿਕਮੈਂਡ ਕਰੂੰਗਾ ਜੀ ਮੈਮ ਕਿਵੇਂ ਦਾ ਲੱਗਿਆ ਟ੍ਰੇਲਰ ਮਸਤਾਨੇ ਬਹੁਤ ਸੋਹਣਾ ਜੀ ਬਹੁਤ ਵਧੀਆ ਹਾਂਜੀ ਸਾਰਾ ਸਿੱਖਣ ਨੂੰ ਮਿਲੂਗਾ ਨਿਹੰਗ ਸਿੰਘਾਂ ਬਾਰੇ ਜਾਣਕਾਰੀ ਮਿਲੂਗੀ ਬਹੁਤ ਵਧੀਆ ਲੱਗਿਆ ਆਪਣੇ ਯੂਥ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਅੱਜ ਕੱਲ੍ਹ ਅਗਰ ਆਪਾਂ ਵੇਖੀਏ ਨਾ ਹਿਸਟਰੀ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਅਗਰ ਨਾਦਰ ਸ਼ਾਹ ਦੀ ਸਟੋਰੀ ਬਾਰੇ ਗੱਲ ਕਰੀਏ ਤਾਂ ਬਹੁਤ ਘੱਟ ਬੱਚਿਆਂ ਨੂੰ ਪਤਾ ਹਾਂਜੀ ਹੁਣ ਇਸ ਫਿਲਮ ਤੋਂ ਪਤਾ ਲੱਗੂ ਕਿ ਨਾਦਰ ਸ਼ਾਹ ਕੀ ਸੀ ਕਿਵੇਂ ਦਾ ਰਾਜਾ ਸੀਗਾ ਜੀ ਉਸ ਬਾਰੇ ਪਤਾ ਲੱਗੂ ਥੈਂਕ ਯੂ ਜੀ
सो ये सी लोगों के रिव्यूज़ ट्रेलर नू लैके मस्ताने के ट्रेलर नू अज प्यार काफ़ी मिले ऑडियंस के वलों एंड फिल्म रिलीज़ होगी 25 अगस्त नू। हिस्टोरिकल फिल्म है सिखा दे बारे जिहड़ी अगर अपन नवी पीढ़ी की गल करिए जिन्होंने नहीं पता वो इस फिल्म राही काफ़ी ज़्यादा नॉलेजेबल होगी। कैमरा परसन रमेश के नाल मैं जसवीर कौर डेली पोस्ट पंजाबी।